ਜਿਹੜੀ ਬੰਨਾਂ ਦੀ ਹਾਲਤ ਇਸ ਟਾਈਮ 'ਤੇ ਆਪਾਂ ਦੇਖ ਰਹੇ ਹਾਂ ਵੀ ਬਹੁਤ ਮਾੜੀ ਆ, ਜਿਹੜੀ ਲਗਾਤਾਰ ਢਾਅ ਵਾ ਇਸ ਇਲਾਕੇ ਨੂੰ ਵੱਧ ਰਹੀ ਆ, ਅਤੇ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਇਹਦਾ ਤੁਰੰਤ ਜਲਦੀ ਤੋਂ ਜਲਦੀ ਨੋਚਾਂ ਲਾ ਕੇ, ਕਿਉਂਕਿ ਬਰਸਾਤਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਵਾ, ਉਸ ਤੋਂ ਪਹਿਲੋਂ ਪਹਿਲੋਂ ਇਹਦਾ ਪ੍ਰਬੰਧ ਕੀਤਾ ਜਾਵੇ। ਤੁਸੀਂ ਨਾਮ ਬੋਲੋ ਜੀ ਆਪਦਾ? ਮੇਰਾ ਨਾਮ ਕਰਤਾਰ ਸਿੰਘ ਹੈ, ਅੰਮ੍ਰਿਤਪੁਰ ਦੇ ਰਹਿਣ ਵਾਲਾ। ਅਸੀਂ ਬਹੁਤ ਚਿਰ ਦੇ ਬੈਠੇ ਇੱਥੇ, ਸਾਡੇ ਫਸਲ ਜਿਹੜੇ ਨੇ ਉਹ ਬੜੇ ਨੁਕਸਾਨ ਹੋ ਜਾਂਦੇ ਆ, ਸਾਡੇ ਜਿੰਨੇ ਫਸਲ ਹੁੰਦੀ ਆ ਬਰਬਾਦੀ ਹੋ ਜਾਂਦੀ, ਫਸਲ ਪਾਣੀ ਆ ਜਾਂਦਾ। ਮੇਰੇ ਕੋਲ ਸਾਰੀ 5 ਕਿੱਲੇ ਪੈਲੀ ਆ, ਕਿਸੇ ਸਾਰੀ 1100 ਕਿੱਲਾ ਹੈਗਾ ਅੰਮ੍ਰਿਤਪੁਰ ਦਾ ਪਿੰਡ ਆ। ਬਾਕੀ ਬਹੁਤ ਪਿੰਡ ਪਏ ਆ ਜਿਹੜੇ ਸਾਰੇ ਵਾੜ 'ਚ ਗੱਟਾ ਵੀ ਆਉਂਦਾ, ਸਾਰੇ ਪਿੰਡ ਪਾਣੀ 'ਚ ਆਉਂਦੇ ਆ। ਜਦੋਂ ਫਸਲ ਪਾਣੀ ਆਉਂਦਾ ਉਹਦਾ ਸਾਡਾ ਫਸਲ ਸਾਰਾ ਰੁੜ ਜਾਂਦਾ, ਹੋਰ ਸੌਣੀ ਹੋਰ ਲੁੜ ਜਾਂਦੀ, ਹਾੜੀ ਵੀ ਲੁੜ ਜਾਂਦੀ। ਨਾ ਕੁਛ ਸਾਨੂੰ ਕੋਈ ਸਰਕਾਰ ਦਿੰਦੀ ਆ, ਨਾ ਸਾਨੂੰ ਕੁਝ ਮਿਲਦਾ, ਉਹ ਵੀ ਜਿਹੜਾ ਸਾਡਾ ਪੈਸਾ ਉਹਦੇ ਪਰੇ ਲੱਗ ਲੁੱਕ ਜਾਂਦਾ। ਜੀ ਮੈਂ ਜਸਵਿੰਦਰ ਸਿੰਘ ਸਰਪੰਚ ਪਿੰਡ ਭੈਣੀ ਸਿੰਘਾਂ ਤੋਂ। ਇਹ ਸਰ ਜਿਹੜੀ ਮੁਰੰਮਤ ਕਰਾਉਂਦੇ ਆ ਜਾਂ ਨੋਚਾਂ ਦੀ ਜਾਂ ਮਿੱਟੀ ਦੀ ਕਿਤੇ ਵੀ ਰੈਂਪਾਂ ਦੀ, ਉਹ ਸਰ ਜੀ ਫਲੱਡ ਤੋਂ ਮਹੀਨਾ ਤੋਂ ਪਹਿਲੇ ਪਹਿਲੇ ਕਰਵਾਈ ਜਾਣੀ ਚਾਹੀਦੀ ਹੈ, ਕਿਉਂ ਜਦੋਂ ਫਲੱਡਾਂ ਦੇ ਲਾਗੇ ਕਰਾਉਂਦੇ ਆ, ਹੜ ਆ ਜਾਂਦਾ ਵਾ, ਮਿੱਟੀ ਸੱਜੀ ਲੁੜ ਜਾਂਦੀ ਆ ਜਾਂ ਪੱਥਰ ਲੁੜ ਜਾਂਦਾ ਵਾ, ਉਹ ਪੈਸੇ ਜਿਹੜੇ ਬਰਬਾਦ ਹੋ ਜਾਂਦੇ ਆ। ਇਸ ਕਰਕੇ ਪੈਸੇ ਜਿਹੜੇ ਆ ਇਹ ਪਹਿਲੇ ਹੀ ਲਾਏ ਜਾਣ। ਹੜ ਆ ਸਕਦਾ, ਜਦੋਂ ਬਰਸਾਤਾਂ ਆਉਂਦੀਆਂ ਉਦੋਂ ਹੜ ਆ ਜਾਂਦਾ ਵਾ, ਮੁੜ ਕੇ ਬੰਨ ਜਿਹੜੇ ਟਹਿ ਜਾਂਦੇ ਆ, ਉਦੋਂ ਮੌਕੇ 'ਤੇ ਮਿੱਟੀ ਪਾਉਂਦੇ, ਉਹ ਸੱਜਾ ਹੀ ਬਰਬਾਦੀ ਹੋ ਜਾਂਦੀ ਆ। ਕੁਛ ਜਿਹੜੇ ਕੋਈ ਵਲਨਰੇਬਲ ਸਾਈਟਸ ਨੇ, ਅਸੀਂ ਉਹਨਾਂ ਦੇ ਪਹਿਲਾਂ ਹੀ ਇਸ ਟਾਈਮ ਲਾ ਕੇ ਫੰਡ ਮਿਲਣਗੇ, ਕੰਮ ਕਰਵਾਤੀ ਜਾਣਗੇ ਫਲੱਡ ਤੋਂ ਪਹਿਲਾਂ। ਅਤੇ ਜ਼ਿਆਦਾਤਰ ਤਾਂ ਲੋਕਾਂ ਦੀ ਡਿਮਾਂਡ ਹੈ ਕਿ ਐਡਵਾਂਸ ਫੰਡ ਜਿਹੜੇ ਲਗਾਏ ਜਾਣ, ਤਾਂ ਕਿ ਉਹਨਾਂ ਦੀਆਂ ਫਸਲਾਂ ਜਿਹੜੀਆਂ ਬਚ ਸਕਣ। ਫੰਡ ਦੀ ਕਿੰਨੀ ਕਮੀ ਤੁਹਾਡੇ ਕੋਲ? ਫੰਡ 'ਚ ਅਸੀਂ ਕੋਈ 16-17 ਕਰੋੜ ਰੁਪਏ ਮੰਗਿਆ ਹੈ ਸਾਰੇ ਆਪਣੇ ਸੁਲਤਾਨਪੁਰ ਜੀ ਅਤੇ ਜਲੰਧਰ ਜੀ, ਅਤੇ ਇਹਦਾ ਕਿ ਕੰਮ ਵੀ ਰੁਕਦਾ ਹੋਣਾ। ਮੈਂ ਕਿਹਾ ਫੰਡ ਦੀ ਕਮੀ ਦਾ ਕਿ ਕੰਮ ਵੀ ਰੁਕ ਰਿਹਾ? ਫੰਡ ਦੀ ਕਮੀ ਕਰਕੇ ਅਜੇ ਫੰਡ ਆਉਣਗੇ, ਅਜੇ ਤਾਂ ਫੰਡ ਆਉਣਗੇ ਤਾਂ ਹੀ ਕੰਮ ਹੋਣਗੇ ਅਜੇ ਫਿਲਹਾਲ। ਹਾਂ ਅਜੇ ਫਿਲਹਾਲ ਕੋਈ ਫੰਡ ਨਹੀਂ।